ਹਾਈ ਫਰੈਂਡਸ, ਵੈਲਕਮ ਬੈਕ ਟੂ ਮਾਈ ਚੈਨਲ ਮਾਈ ਕ੍ਰੀਏਟੀਵਿਟੀ। ਦੇਖਿਓ, ਅੱਜ ਮੈਂ ਤੁਹਾਡੇ ਲਈ ਦੋ ਰੰਗਾਂ ਦਾ ਬਹੁਤ ਹੀ ਪਿਆਰਾ ਸਾ ਡਿਜ਼ਾਇਨ ਲੈ ਕੇ ਆਈ ਹਾਂ। ਇਸ ਨੂੰ ਤੁਸੀਂ ਲੇਡੀਜ਼, ਜੈਂਟਸ ਔਰ ਬੱਚਿਆਂ ਦੇ ਕਿਸੇ ਵੀ ਪ੍ਰੋਜੈਕਟ ਵਿੱਚ ਅਪਲਾਈ ਕਰ ਸਕਦੇ ਹੋ। ਚਲੀ ਬਣਾਉਣਾ ਸਟਾਰਟ ਕਰਦੇ ਹਾਂ। ਡਿਜ਼ਾਇਨ ਨੂੰ ਬਣਾਉਣ ਲਈ ਸਾਨੂੰ ਟੂ ਟੂ ਦੇ ਮਲਟੀਪਲ ਦੇ ਹਿਸਾਬ ਨਾਲ ਫੰਦੇ ਚਾਹੀਦੇ ਨੇ, ਮੀਨ 'ਚ ਦੋ ਦੋ ਫੰਦਿਆਂ ਦਾ ਜੋ। ਦੇਖੀਏ, ਮੈਂ ਇਸ ਤਰ੍ਹਾਂ ਦੋ ਦੋ ਫੰਦੇ ਲੈ ਕੇ ਇੱਕ ਫੰਦਾ ਐਕਸਟਰਾ ਲਿਆ। ਇਸ ਤਰ੍ਹਾਂ ਦੋ ਪਲੱਸ ਦੋ ਪਲੱਸ ਦੋ ਪਲੱਸ ਦੋ ਪਲੱਸ ਦੋ ਪਲੱਸ ਦੋ, ਇੱਕ ਫੰਦਾ ਅਸੀਂ ਐਕਸਟਰਾ ਲਿਆ। ਤੁਸੀਂ ਲਓਗੇ ਤਾਂ ਵੀ ਚੱਲ ਜਾਏਗਾ, ਨਹੀਂ ਲਓਗੇ ਤਾਂ ਵੀ। ਚਲੀ ਬਣਾਉਣਾ ਸਟਾਰਟ ਕਰਦੇ ਹਾਂ। ਡਿਜ਼ਾਇਨ ਤੋਂ ਬਾਅਦ, ਬਾਰਡਰ ਤੋਂ ਬਾਅਦ, ਡਿਜ਼ਾਇਨ ਦੀ ਫਸਟ ਰੋ ਸਿੱਧੀ ਸਾਈਡ ਤੋਂ ਅਸੀਂ ਬੇਸ ਕਲਰ ਨਾਲ ਹੀ ਪਾਵਾਂਗੇ। ਕਿ ਬਹੁਤ ਹੀ ਆਸਾਨ ਜਿਹਾ ਡਿਜ਼ਾਇਨ ਹੈ ਫਰੈਂਡਸ। ਦੇਖੀ ਫਰੈਂਡਸ, ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ, ਵੀਡੀਓ ਨੂੰ ਫਸਟ ਟਾਈਮ ਦੇਖ ਰਹੇ ਹੋ, ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਣਾ, ਨਾਲ ਹੀ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰਨਾ ਜੀ, ਤਾਂ ਕਿ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ। ਦੇਖੀ, ਪੂਰੀ ਰੋ ਅਸੀਂ ਫਸਟ ਰੋ ਇਸ ਤਰ੍ਹਾਂ ਸਿੱਧੀ ਸਿੱਧੀ ਪਾ ਲਈ। ਹੁਣ ਅਸੀਂ ਬੈਕ ਸਾਈਡ ਆ ਗਏ। ਬੈਕ ਸਾਈਡ ਪੂਰੀ ਦੀ ਪੂਰੀ ਰੋ ਅਸੀਂ ਬੈਕ ਸਾਈਡ ਤੋਂ ਜਿਸ ਤਰ੍ਹਾਂ ਅਸੀਂ ਸਿੱਧੀ ਸਾਈਡ ਤੋਂ ਸਿੱਧੇ ਫੰਦੇ ਬੁਣੇ ਸੀ, ਬੈਕ ਸਾਈਡ ਤੋਂ ਅਸੀਂ ਪੂਰੀ ਰੋ ਇਸ ਤਰ੍ਹਾਂ ਸਿੱਧੀ ਸਿੱਧੀ ਬੁਣਾਂਗੇ। ਸਾਡੀ ਬੇਸ ਕਲਰ ਨਾਲ ਹੀ ਪੈਣਗੀਆਂ ਬੇਸ ਸਿਲਾਈਆਂ। ਦੇਖੀ, ਪੂਰੀ ਦੀ ਪੂਰੀ ਰੋ ਅਸੀਂ ਇਸ ਤਰ੍ਹਾਂ ਕੰਪਲੀਟ ਕਰ ਲਈ। ਦੋ ਸਿਲਾਈਆਂ ਸਾਡੀਆਂ ਪੈ ਗਈਆਂ। ਹੁਣ ਅਸੀਂ ਰਾਈਟ ਸਾਈਡ ਆ ਗਏ। ਥਰਡ ਰੋ ਵਾਈਟ ਕਲਰ ਨਾਲ ਇੱਕ ਫੰਦਾ ਅਸੀਂ ਉਲਟਾ ਬਣਾਇਆ। ਤੁਸੀਂ ਉਤਾਰ ਲਓ ਜਾਂ ਉਲਟਾ ਬਣਾਓ, ਤੁਹਾਡੀ ਮਰਜ਼ੀ ਹੈ। ਇੱਕ ਫੰਦਾ ਇਸ ਤਰ੍ਹਾਂ ਉਲਟਾ। ਹੁਣ ਬੂਲ ਸਾਡੀ ਆਪਣੇ ਵੱਲ ਹੀ ਰਹਿ ਗਈ। ਇੱਕ ਦੋ, ਦੋ ਫੰਦੇ ਲਏ, ਦੋਨਾਂ ਨੂੰ ਅਸੀਂ ਇਸ ਤਰ੍ਹਾਂ ਦੋ ਦਾ ਇੱਕ ਬਣਾਇਆ। ਇਹ ਸਾਡੀ ਇੱਕ ਜਾਲੀ ਬਣ ਗਈ। ਇੱਕ ਦੋ ਦਾ ਅਸੀਂ ਇੱਕ ਬਣਾ ਦਿੱਤਾ। ਇਹੀ ਫੰਦੇ ਅਸੀਂ ਪੂਰੀ ਰੋ ਵਿੱਚ ਰਿਪੀਟ ਕਰਦੇ ਜਾਵਾਂਗੇ। ਕਿ ਫਿਰ ਅਸੀਂ ਉਸ ਤਰ੍ਹਾਂ ਕਰਾਂਗੇ। ਬੂਲ ਨੂੰ ਅੱਗੇ ਲੈ ਕੇ ਆਏ। ਇੱਕ ਦੋ, ਦੋ ਫੰਦੇ ਲਏ, ਦੋਨਾਂ ਨੂੰ ਅਸੀਂ ਬੈਕ ਲੂਪ ਤੋਂ ਇੱਕ ਬਣਾਂਗੇ। ਜੋ ਫੰਦਾ ਸਾਡਾ ਇੱਥੇ ਅਸੀਂ ਘਟਾ ਰਹੇ ਹਾਂ ਜਾਲੀ ਦੇ ਨਾਲ, ਉਹੀ ਫੰਦਾ ਵੱਧ ਰਿਹਾ। ਪੂਰੀ ਰੋ ਅਸੀਂ ਇਸ ਤਰ੍ਹਾਂ ਕੰਪਲੀਟ ਕਰਨੀ ਆ। ਬੂਲ ਨੂੰ ਅੱਗੇ ਲੈ ਕੇ ਆਏ, ਦੋ ਫੰਦਿਆਂ ਦਾ ਇੱਕ ਬਣਾਇਆ। ਬੂਲ ਨੂੰ ਅੱਗੇ ਲੈ ਕੇ ਆਏ, ਦੋ ਫੰਦਿਆਂ ਦਾ ਇੱਕ ਬਣਾਇਆ। ਪੂਰੀ ਰੋ ਇਸ ਤਰ੍ਹਾਂ ਸਾਡੀ ਰਿਪੀਟ ਹੁੰਦੀ ਜਾਏਗੀ। ਲਾਸਟ ਵਾਲਾ ਫੰਦਾ ਅਸੀਂ ਸਿੱਧੇ ਹੀ ਬਣਾ ਲਿਆ। ਕਿ ਤਿੰਨ ਸਿਲਾਈਆਂ ਸਾਡੀਆਂ ਇਹਦੇ ਨਾਲ ਕੰਪਲੀਟ ਹੋ ਗਈਆਂ। ਹੁਣ ਅਸੀਂ ਬੈਕ ਸਾਈਡ ਆ ਗਏ। ਬੈਕ ਸਾਈਡ ਤੋਂ ਪੂਰੀ ਰੋ ਅਸੀਂ ਇਸ ਤਰ੍ਹਾਂ ਪਰਲਵਾਈਜ਼ ਉਲਟੀ ਬੁਣਾਂਗੇ ਜੀ। ਇਹ ਸਾਡੀ ਫੋਰਥ ਰੋ ਆ ਜੀ। ਪੂਰੇ ਦੇ ਪੂਰੇ ਫੰਦੇ ਅਸੀਂ ਇਸ ਤਰ੍ਹਾਂ ਉਲਟੇ ਉਲਟੇ ਬਣਾਉਣੇ ਨੇ। ਕਿ ਚਾਰ ਸਿਲਾਈਆਂ ਬਾਅਦ ਅਸੀਂ ਆਪਣਾ ਸੈਕਿੰਡ ਕਲਰ ਅਟੈਚ ਕਰਾਂਗੇ। ਮੈਂ ਸੈਕਿੰਡ ਕਲਰ ਲਗਾ ਲਿਆ। ਹੁਣ ਅਸੀਂ ਕੀ ਕਰਾਂਗੇ, ਇੱਕ ਦੋ, ਦੋ ਫੰਦੇ ਅਸੀਂ ਇਸ ਤਰ੍ਹਾਂ ਹੀ ਲਵਾਂਗੇ ਬਿਨਾਂ ਬੁਣੇ। ਹੁਣ ਅਸੀਂ ਇਹ ਹੋਲ ਆ ਸਾਡਾ, ਇਹਦੇ ਵਿੱਚ ਅਸੀਂ ਸਿਲਾਈ ਪਾਉਣੀ ਆ। ਦੇਖੀ, ਇੱਕ ਲੂਪ, ਇਹਨੂੰ ਥੋੜ੍ਹਾ ਅਸੀਂ ਲੂਜ਼ ਹੀ ਰੱਖਣਾ। ਅੱਗੇ ਲੈ ਕੇ ਆਏ ਬੂਲ ਨੂੰ, ਇੱਕ ਵਾਰ ਫਿਰ ਬੁਣਿਆ। ਇੱਥੋਂ ਅਸੀਂ ਇਹ ਤਿੰਨ ਫੰਦੇ ਲੈ ਲੈਣੇ। ਹੁਣ ਇੱਕ ਦੋ, ਦੋ ਫੰਦੇ ਅਸੀਂ ਫਿਰ ਸਲਿੱਪ ਕਰ ਲਏ। ਪੂਰੀ ਰੋ ਸਾਡੀ ਇਸ ਤਰ੍ਹਾਂ ਹੀ ਜਾਏਗੀ।
ਹੋਲ ਵਿੱਚੋਂ ਅਸੀਂ ਤਿੰਨ ਫੰਦੇ ਬਣਾਉਣੇ ਨੇ, ਦੋ ਫੰਦੇ ਉਤਾਰਦੇ ਜਾਣਾ। ਤਿੰਨ ਫੰਦੇ ਬਣਾਏ, ਦੋ ਫੰਦੇ ਅਸੀਂ ਸਲਿਪ ਕੀਤੇ, ਤਿੰਨ ਫੰਦੇ ਬਣਾਏ, ਦੋ ਫੰਦੇ ਸਲਿਪ ਕੀਤੇ। ਤੁਸੀਂ ਚਾਹੋ ਤਾਂ ਇਸ ਡਿਜ਼ਾਇਨ ਨੂੰ ਬਾਰਡਰ ਬਾਰਡਰ 'ਤੇ ਵੀ ਅਪਲਾਈ ਕਰ ਸਕਦੇ ਹੋ, ਬੇਬੀ ਗਰਲ ਫਰੋਕ ਵਿੱਚ ਬਹੁਤ ਹੀ ਪਿਆਰਾ ਲੱਗੇਗਾ। ਦੋ ਫੰਦੇ ਸਲਿਪ ਕੀਤੇ, ਲਾਸਟ ਵਾਲਾ ਵੀ ਅਸੀਂ ਇੱਦਾਂ ਸਲਿਪ ਕਰ ਲਵਾਂਗੇ। ਇਹਦੇ ਨਾਲ ਸਾਡੀਆਂ ਇਹ ਪੰਜ ਸਿਲਾਈਆਂ ਕੰਪਲੀਟ ਹੁੰਦੀਆਂ ਨੇ। ਹੁਣ ਅਸੀਂ ਬੈਕ ਸਾਈਡ ਆ ਗਏ। ਇਸ ਤਰ੍ਹਾਂ ਅਸੀਂ ਤਿੰਨ ਫੰਦੇ ਉਤਾਰ ਲੈਣੇ। ਹੁਣ ਤਿੰਨ ਫੰਦੇ, ਇਹ ਇੱਕ ਫੰਦਾ ਹੈ ਸਾਡਾ ਵਾਈਟ ਵਾਲਾ, ਇਹ ਸਾਰਿਆਂ ਨੂੰ, ਚਾਰ ਫੰਦਿਆਂ ਨੂੰ ਅਸੀਂ ਇਸ ਤਰ੍ਹਾਂ ਬੈਕ ਲੂਪ ਤੋਂ ਉਲਟਾ ਬਣਾਉਣਾ। ਇਹ ਫੰਦਾ ਅਸੀਂ ਸਲਿਪ ਕਰਾਂਗੇ, ਚਾਰ ਦਾ ਇੱਕ ਬਣਾਉਣਾ। ਇਹ ਫੰਦਾ ਅਸੀਂ ਸਲਿਪ ਕਰਨਾ, ਚਾਰ ਫੰਦਿਆਂ ਦਾ ਇੱਕ ਬਣਾਉਣਾ। ਇਹ ਫੰਦਾ ਅਸੀਂ ਸਲਿਪ ਕਰਨਾ, ਚਾਰ ਫੰਦਿਆਂ ਦਾ ਇੱਕ ਬਣਾਉਣਾ। ਪੂਰੀ ਰੋਅ ਸਾਡੀ ਇਸ ਤਰ੍ਹਾਂ ਹੀ ਜਾਏਗੀ। ਲਾਸਟ ਵਾਲਾ ਫੰਦਾ ਅਸੀਂ ਇਸ ਤਰ੍ਹਾਂ ਉਤਾਰ ਲਿਆ। ਛੇ ਸਿਲਾਈਆਂ ਸਾਡੀਆਂ ਪੂਰੀਆਂ ਹੋ ਗਈਆਂ ਜੀ। ਹੁਣ ਅਸੀਂ ਰਾਈਟ ਸਾਈਡ ਆ ਗਏ। ਰਾਈਟ ਸਾਈਡ ਤੋਂ ਫਿਰ ਤੋਂ ਸਾਡਾ ਇਹ ਪੈਟਰਨ ਦੁਬਾਰਾ ਬਣੇਗਾ। ਮੈਂ ਤੁਹਾਨੂੰ ਇੱਕ ਸਿਲਾਈ ਫਿਰ ਪਾ ਕੇ ਦਿਖਾਉਂਦੀ ਹਾਂ ਕਿ ਇੱਕ ਫੰਦਾ, ਦੋ ਦੋ ਅਸੀਂ ਫੰਦੇ ਸਿੱਧੇ ਬਣਾਏ। ਫਿਰ ਤੋਂ ਸਾਡੀ ਇਹ ਡਿਜ਼ਾਇਨ ਦੀ ਫਸਟ ਰੋ ਬੇਸ ਵਾਲੀ ਤੋਂ ਸ਼ੁਰੂ ਹੋਏਗੀ, ਇੱਕ ਦੋ। ਹੁਣ ਇਹ ਦੋ ਫੰਦੇ ਲੈਣੇ ਨੇ, ਦੋ ਦਾ ਅਸੀਂ ਇੱਕ ਬਣਾਉਣਾ। ਇਸ ਤਰ੍ਹਾਂ ਸਾਡਾ ਡਿਜ਼ਾਇਨ ਫਿਰ ਤੋਂ ਚੱਲਣ ਲੱਗ ਪਿਆ। ਬੂ ਲੱਗੀ ਲੈ ਕੇ ਆਏ, ਦੋ ਦਾ ਇੱਕ ਬਣਾਇਆ, ਬੂ ਲੱਗੀ ਲੈ ਕੇ ਆਏ, ਦੋ ਦਾ ਇੱਕ ਬਣਾਇਆ। ਲਾਸਟ ਵਾਲਾ ਫੰਦਾ ਅਸੀਂ ਇੱਦੇ ਬਣਾਉਣਾ। ਫਿਰ ਤੋਂ ਇਹ ਵਾਲੀ ਰੋ ਇੱਥੇ ਰਿਪੀਟ ਹੋਈ ਹੈ। ਇਹੀ ਅੱਗੇ ਕਿ ਸਿਲਾਈਆਂ ਅਸੀਂ ਰਿਪੀਟ ਕਰਾਂਗੇ ਤਾਂ ਇਹ ਡਿਜ਼ਾਇਨ ਇਸ ਤਰ੍ਹਾਂ ਬਣੇਗਾ। ਇਹ ਤੁਸੀਂ ਇਸ ਨੂੰ ਆਲ ਬੇਬੀਜ਼ ਬੋਆਏ ਜੈਂਟਸ ਕਿਸੇ ਵੀ ਪ੍ਰੋਜੈਕਟ 'ਤੇ ਅਪਲਾਈ ਕਰ ਸਕਦੇ ਹੋ। ਬਹੁਤ ਹੀ ਪਿਆਰਾ ਲੱਗਦਾ ਇਹ ਡਿਜ਼ਾਇਨ ਬਣ ਕੇ, ਇੱਕਦਮ ਰੈਡੀਮੇਡ ਲੁੱਕ ਦਿੰਦਾ। ਪਲੀਜ਼ ਫਰੈਂਡਸ, ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਥੈਂਕ ਯੂ ਸੋ ਮਚ ਫੋਰ ਵਾਚਿੰਗ ਮਾਈ ਵੀਡੀਓ।